ਅੱਜ ਅਸੀਂ ਬੈਠੇ ਆਂ ਦਮਦਨੀ ਰਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਦੇ ਕੋਲ ਕਿਉਂਕਿ ਉਹਨਾਂ ਨੂੰ ਵੀ ਇਸ ਬਾਰੇ ਇਸ ਵਿਵਾਦ ਬਾਰੇ ਪਤਾ ਚੱਲਿਆ ਤੇ ਅਸੀਂ ਉਹਨਾਂ ਕੋਲੋਂ ਹੀ ਪੁੱਛਦੇ ਆਂ ਜੋ ਇਹ ਗੱਲਾਂ ਚੱਲ ਰਹੀਆਂ ਹਨ ਆਪ ਜੀ ਉਹਨਾਂ ਨਾਲ ਕਿਸ ਤਰ੍ਹਾਂ ਸਹਿਮਤ ਹੋ ਵਾਸ਼ ਗੁਰੂ ਜੀ ਕਾ ਖਾਲਸਾ ਵਾਸ਼ ਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਅਖਬਾਰਾਂ ਵਿੱਚ ਬਿਆਨਬਾਜ਼ੀ ਕੀਤੀ ਗਈ ਭਾਈ ਸੁਖਵਿੰਦਰ ਸਿੰਘ ਵੱਲੋਂ ਸਤਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਜਿਨ੍ਹਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਹਜ਼ਾਰਾਂ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਚਕਾਇਆ ਦੇਸ਼ ਵਿੱਚ ਪਰਦੇਸ ਵਿੱਚ ਥਾਵਾਂ ਥਾਵਾਂ ਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਅੱਜ ਵੀ ਕਰ ਰਹੇ ਨੇ ਉਸ ਪ੍ਰਚਾਰ ਨੂੰ ਢਾਹ ਲਾਉਣ ਵਾਸਤੇ ਕੁਝ ਏਜੰਸੀਆਂ ਦੇ ਖਰੀਦੇ ਲੋਕ ਇਹੋ ਜਿਹੇ ਇਲਜ਼ਾਮ ਗਾਇਬ ਗਾਇੇ ਜ਼ਿੰਮੇਵਾਰ ماں ਪੁਰਖਾਂ ਤੇ ਆਮ ਪਿਛਲੇ ਸਮੇਂ ਤੋਂ ਵੀ ਲੱਗਦੇ ਆਏ ਨੇ ਤੇ ਬੇਮੁਨਾਦੀ ਇਹ ਬਿਆਨਬਾਜ਼ੀ ਅੱਜ ਵੀ ਜਿਹੜੀ ਹੋ ਰਹੀ ਹੈ ਮੈਂ ਸਮਝਦਾ ਵੀ ਸੰਤ ਬਾਬਾ ਰਣਜੀਤ ਸਿੰਘ ਜੀ ਨੂੰ ਕੇਵਲ ਇੱਕ ਬਦਰਾਮ ਕਰਨ ਦੀ ਚਾਲ ਹੈ ਤੇ ਜਿਹੜਾ ਸਿੱਖੀ ਪ੍ਰਚਾਰ ਦਾ ਬੀੜਾ ਉਹਨਾਂ ਨੇ ਚੁੱਕਿਆ ਹੈ ਉਹਦੇ ਵਿੱਚ ਰੁਕਾਵਟ ਖੜੀ ਕਰਨ ਵਾਸਤੇ ਹੀ ਇਹ ਕੁਝ ਏਜੰਸੀਆਂ ਦੇ ਹੱਥ ਠੋਕੇ ਲੋਕ ਅਜੇ ਯਤਨ ਕਰ ਰਹੇ ਨੇ ਜਿਨ੍ਹਾਂ ਵਿੱਚ ਕੋਈ 1% ਵੀ ਕੋਈ ਸਚਾਈ ਵਾਲੀ ਗੱਲ ਸਾਨੂੰ ਨਜ਼ਰ ਨਹੀਂ ਆਉਂਦੀ ਕੇਵਲ ਗੀਣੀ ਮੀਥੀ ਸਾਚ ਦੇ ਤਹਿਤ ਸਾਰਾ ਕੁਝ ਇੱਕ ਕੀਤਾ ਜਾ ਰਿਹਾ ਹੈ ਅਸੀਂ ਕੌਮ ਨੂੰ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਜੇ ਸੁਖਵਿੰਦਰ ਸਿੰਘ ਬਲਿਆਲ ਨੂੰ ਕੋਈ ਐਸਾ ਖਦਸ਼ਾ ਸੀ ਜਾਂ ਉਹਨਾਂ ਨੇ ਐਸੀ ਗੱਲ ਕੋ ਵੇਖੀ ਸੀ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਮਹਾਂਪੁਰਖਾਂ ਦੇ ਪਾਸ ਆ ਕੇ ਆਪਦੀ ਗੱਲ ਕਹਿਣ ਦਾ ਹੱਕ ਸੀ ਉਹ ਆ ਕੇ ਦੱਸ ਦੇ ਨਾ ਕਿ ਇੱਕ ਬਦਨਾਮ ਕਰਨ ਵਾਸਤੇ ਜਾਂਜੀ ਮੇਰੇ ਕੇਸ ਕਤਲ ਕਰਵਾਤੇ ਜਿਨ੍ਹਾਂ ਮਹਾਪੁਰਖਾਂ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਚਕਾਇਆ ਲੱਖਾਂ ਦੇ ਦਾੜੇ ਕੇਸ ਰਖਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਕੀ ਉਹ ਮਹਾਪੁਰਖਾਂ ਦੇ ਨਾਲ ਰਹਿਣ ਵਾਲੇ ਸਾਥੀ ਦੇ ਬਰਤੀ ਕਹਿ ਸਕਦੇ ਨੇ ਭੇਰੀ ਦਾੜੀ ਮੋਨ ਦਿਓ ਜੀ ਇਹਦਾ ਸਿਰ ਦਾ ਜੂੜਾ ਮੋਨ ਦਿਓ ਜੀ ਇੱਕ ਆਪ ਹੁਦਰੀਆਂ ਚਾਲਾਂ ਨੇ ਔਰ ਏਜੰਸੀਆਂ ਦੀਆਂ ਚਾਲਾਂ ਨੇ ਉਸ ਵਿਅਕਤੀ ਨੂੰ ਅੱਗੇ ਲਾ ਕੇ ਤੇ ਇਨਾ ਮਹਾਪੁਰਖਾਂ ਨੂੰ ਇੱਕ ਬਦਨਾਮ ਕਰਨ ਵਾਸਤੇ ਕੋਈ ਇੱਕ ਸਾਜ਼ਿ ਸੀ ਘੜੀ ਹੈ ਹੋਰ ਇਹ ਚ ਸੱਚਾਈ ਕਿਸੇ ਵੀ ਕੀਮਤ ਤੇ ਹੋ ਨਹੀਂ ਸਕਦੀ ਨਾ ਅਜਿਆ ਹੋ ਸਕਦਾ ਸਾਨੂੰ ਇਸ ਗੱਲ ਦਾ ਦਮਦਮ ਟਕਸਾਲ ਅਸੀਂ ਇਸ ਗੱਲ ਦਾ ਯਕੀਨ ਹੈ ਵੀ ਸੰਤ ਬਾਬਾ ਰਣਜੀਤ ਸਿੰਘ ਜੀ ਕੌਮ ਦੇ ਮਹਾਨ ਪ੍ਰਚਾਰਕ ਨੇ ਅਸੀਂ ਤਾਂ ਇਹੋ ਹੀ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਪਿਉਉਣ ਵਾਲੇ ਸਮੇਂ 'ਚ ਵੀ ਉਹ ਹੋਰ ਬੁਲੰਦੀਆਂ ਨੂੰ ਛਾਉਣ ਤੇ ਕੌਮ ਦਾ ਪ੍ਰਚਾਰ ਕਰਨਾ ਇਹਨਾਂ ਜਿਹੜੀਆਂ ਮਨਮਤ ਦੀਆਂ ਇਹ ਸਹਾਇ ਸੰਕੜੀਆਂ ਜਾ ਰਹੀਆਂ ਨੇ ਸਤਿਗੁਰੂ ਇਹਨਾਂ ਨੂੰ ਲੋਕਾਂ ਨੂੰ ਸਮੱਤ ਬਖਸ਼ੇ ਤੇ ਕੌਮ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ